ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ TM Info YouTube ਚੈਨਲ ਤੇ Facebook ਪੇਜ ਤੇ ਹਾਜ਼ਰ ਹੋਏ ਆ 17 ਨਵੰਬਰ ਦੇ ਮੰਡੀਆਂ ਦੇ ਰੇਟ ਲੈ ਕੇ ਬਾਸਮਤੀ ਦੇ ਰੇਟਾਂ ਵਿੱਚ ਚੰਗੀ ਤੇਜ਼ੀ ਬਣੀ ਹੋਈ ਹੈ 11 21 ਤੇ 17 18 ਤੋਂ ਬਾਅਦ ਅੱਜ 18 47 ਦੇ ਰੇਟਾਂ ਵਿੱਚ ਵੀ ਬਹੁਤ ਵਧੀਆ ਤੇਜ਼ੀ ਦੇਖਣ ਨੂੰ ਮਿਲੀ ਹੈ 18 47 ਦੇ ਰੇਟ ਵੀ ਅੱਜ 4000 ਰੁਪਏ ਦਾ ਅੰਕੜਾ ਛੂ ਚੁੱਕਿਆ ਹੈ ਸੋ ਆਪ ਦੇਖਦੇ ਹਾਂ ਕੀ ਰੇਟਾ ਜ ਵਕ ਵਕ ਮੰਡੀਆਂ ਦੇ ਵਿੱਚ ਨਰਮਾ ਕਪਾਹ ਤੇ ਬਾਸਮਤੀ ਦੇ ਰਹੇ ਇੱਕ ਬੇਨਤੀ ਹੈ ਦੋਸਤੋ ਕਿ ਅਸੀਂ ਕਾਫੀ ਮਿਹਨਤ ਕਰਕੇ ਵੱਖ-ਵੱਖਰੀਆਂ ਮੰਡੀਆਂ ਦੀਆਂ ਰਿਪੋਰਟਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ। ਸੋ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਸਾਡੀ ਹੌਸਲਾ ਅਫਜ਼ਾਈ ਜ਼ਰੂਰ ਕਰਦਿਆ ਕਰੋ। ਸੋ ਇਨੀ ਕੋ ਬੇਨਤੀ ਦੋਸਤੋ ਜ਼ਰੂਰ ਪ੍ਰਵਾਨ ਕਰਿਓ। ਸੋ ਸ਼ੁਰੂਆਤ ਕਰਨ ਲੱਗਿਆ ਅੰਮ੍ਰਿਤਸਰ ਸਾਹਿਬ ਤੋਂ। ਤਾਂ ਇੱਥੇ ਅੱਜ 1121 4796 ਰੁਪਏ ਤੱਕ ਕੰਬਾਈਨ ਦੀ ਕਟਾਈ ਵਾਲਾ ਵਿਕਿਆ ਤੇ ਹੱਥ ਛਾੜ ਦੇ ਰੇਟ 4911 ਰੁਪਏ ਤੱਕ ਰਹੇ। 17 18 ਕੰਬਾਈਨ ਦੀ ਕਟਾਈ ਵਾਲਾ 4150 ਰੁਪਏ ਤੱਕ ਵਿਕਿਆ ਤੇ ਹੱਥ ਝਾੜ ਦਾ ਰੇਟ 4400 ਰੁਪਏ ਤੱਕ ਰਿਹਾ 18 47 ਅੱਜ ਇਥੇ 3560 ਰੁਪਏ ਤੱਕ ਵਿਕਿਆ ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ ਅੱਜ 11 21 4712 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4461 ਰੁਪਏ ਰਿਹਾ 1509 3750 ਰੁਪਏ ਤੱਕ ਵਿਕਿਆ ਅੱਜ ਇਥੇ 18 47 ਦੇ ਰੇਟਾਂ ਵਿੱਚ ਬਹੁਤ ਵਧੀਆ ਤੇਜ਼ੀ ਦੇਖਣ ਨੂੰ ਮਿਲੀ ਹੈ ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ ਅੱਜ 1847 ਦੇ ਰੇਟ ਆਇਆ 4000 ਰੁਪਏ ਤੱਕ ਪਹੁੰਚ ਚੁੱਕਿਆ ਹਰਿਆਣੇ ਦੀ ਟੋਹਾਣਾ ਮੰਡੀ ਦੇ ਵਿੱਚ ਅੱਜ 1121 4600 ਰੁਪਏ ਤੱਕ ਵਿਕਿਆ 1718 ਦਾ ਰੇਟ 4450 ਰੁਪਏ ਰਿਹਾ ਤੇ 1847 3600 ਰੁਪਏ ਤੱਕ ਵਿਕਿਆ 1509 ਦਾ ਰੇਟ 3725 ਰੁਪਏ ਰਿਹਾ ਤੇ 1401 4600 ਰੁਪਏ ਤੱਕ ਵਿਕਿਆ ਸਿਰਸਾ ਮੰਡੀ ਦੇ ਵਿੱਚ ਅੱਜ 1718 4100 ਰੁਪਏ ਤੱਕ ਵਿਕਿਆ 1509 ਦਾ ਰੇਟ 3670 ਰੁਪਏ ਤੱਕ ਰਿਹਾ ਤੇ 18 47 3350 ਰੁਪਏ ਤੱਕ ਵਿਕਿਆ 1401 ਦਾ ਰੇਟ 4565 ਰੁਪਏ ਤੱਕ ਰਿਹਾ ਤੇ PB1 4300 ਰੁਪਏ ਤੱਕ ਵਿਕਿਆ ਪੰਜਾਬ ਦੀ ਸਮਾਣਾ ਮੰਡੀ ਦੇ ਵਿੱਚ ਅੱਜ 11 21 4755 ਰੁਪਏ ਤੱਕ ਵਿਕਿਆ 18 47 ਦਾ ਰੇਟ 3685 ਰੁਪਏ ਰਿਹਾ 1509 3905 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4550 ਰੁਪਏ ਰਿਹਾ 1401 4650 ਰੁਪਏ ਤੱਕ ਵਿਕਿਆ ਰਾਤਿਆ ਮੰਡੀ ਦੇ ਵਿੱਚ ਅੱਜ 1847 3471 ਰੁਪਏ ਤੱਕ ਵਿਕਿਆ 1886 ਦਾ ਰੇਟ 4261 ਰੁਪਏ ਰਿਹਾ 1509 3671 ਰੁਪਏ ਤੱਕ ਵਿਕਿਆ ਤੇ 1401 ਦਾ ਰੇਟ 4551 ਰੁਪਏ ਰਿਹਾ ਪੀਵੀ1 4231 ਰੁਪਏ ਤੱਕ ਵਿਕਿਆ ਸਮਾਲਖਾ ਮੰਡੀ ਦੇ ਵਿੱਚ ਅੱਜ 1121 ਦਾ ਰੇਟ 4731 ਰੁਪਏ ਰਿਹਾ 1718 4519 ਰੁਪਏ ਤੱਕ ਵਿਕਿਆ ਤੇ 18 47 ਦਾ ਰੇਟ 3751 ਰੁਪਏ ਰਿਹਾ ਪੰਜਾਬ ਦੀ ਨਾਬਾ ਮੰਡੀ ਦੇ ਵਿੱਚ ਅੱਜ 11 21 4200 ਰੁਪਏ ਤੋਂ ਲੈ ਕੇ 4850 ਰੁਪਏ ਤੱਕ ਵਿਕਿਆ 17 18 ਦਾ ਰੇਟ 3800 ਰੁਪਏ ਤੋਂ ਲੈ ਕੇ 4450 ਰੁਪਏ ਤੱਕ ਰਿਹਾ 1509 3300 ਰੁਪਏ ਤੋਂ ਲੈ ਕੇ 3820 ਰੁਪਏ ਤੱਕ ਵਿਕਿਆ 18 47 ਦਾ ਰੇਟ 3600 ਰੁਪਏ ਕੁਆਂਟਲ ਰਿਹਾ ਮੁੱਛਲ 1401 3700 ਰੁਪਏ ਤੋਂ ਲੈ ਕੇ 4535 ਰੁਪਏ ਤੱਕ ਵਿਕਿਆ ਕੈਥਲ ਮੰਡੀ ਦੇ ਵਿੱਚ ਅੱਜ 11 21 4680 ਰੁਪਏ ਤੱਕ ਵਿਕਿਆ 17 18 ਦਾ ਰੇਟ 4495 ਰੁਪਏ ਰਿਹਾ ਤੇ 1401 4450 ਰੁਪਏ ਤੱਕ ਵਿਕਿਆ ਖਨੌਰੀ ਮੰਡੀ ਦੇ ਵਿੱਚ ਅੱਜ 17 18 4450 ਰੁਪਏ ਤੱਕ ਵਿਕਿਆ ਤੇ 1401 ਦਾ ਰੇਟ 4475 ਰੁਪਏ ਤੱਕ ਰਿਹਾ ਰਾਣੀਆਂ ਮੰਡੀ ਦੇ ਵਿੱਚ ਅੱਜ ਮੱਛਲ 1401 4414 ਰੁਪਏ ਤੱਕ ਵਿਕਿਆ ਪੰਜਾਬ ਦੀ ਮੁਕਤ ਸਰਸਾਬ ਮੰਡੀ ਦੇ ਵਿੱਚ ਅੱਜ 11 21 ਦਾ ਰੇਟ 4800 ਰੁਪਏ ਤੱਕ ਰਿਹਾ 17 18 4200 ਰੁਪਏ ਤੱਕ ਵਿਕਿਆ ਤੇ 16 92 ਦਾ ਰੇਟ 3675 ਰੁਪਏ ਕਿਲੋਟਲ ਰਿਹਾ ਤੇ ਮੁੱਚਲ 1400 1 4300 ਰੁਪਏ ਤੱਕ ਵਿਕਿਆ ਜਾਖਲ ਮੰਡੀ ਦੇ ਵਿੱਚ ਅੱਜ 17 18 4400 ਰੁਪਏ ਤੱਕ ਵਿਕਿਆ ਤੇ 1400 1 ਦਾ ਰੇਟ 4551 ਰੁਪਏ ਰਿਹਾ ਪੰਜਾਬ ਦੀ ਕੋਟਕਪੂਰਾ ਮੰਡੀ ਦੇ ਵਿੱਚ ਅੱਜ 11 21 4700 ਰੁਪਏ ਤੱਕ ਵਿਕਿਆ 17 18 ਦਾ ਰੇਟ 4135 ਰੁਪਏ ਰਿਹਾ 1509 3685 ਰੁਪਏ ਤੱਕ ਵਿਕਿਆ 1847 ਦਾ ਰੇਟ 3305 ਰੁਪਏ ਰਿਹਾ ਤੇ 1401 4260 ਰੁਪਏ ਤੱਕ ਵਿਕਿਆ ਗੁਹਾਣਾ ਮੰਡੀ ਦੇ ਵਿੱਚ ਅੱਜ 1121 4706 ਰੁਪਏ ਤੱਕ ਵਿਕਿਆ 1718 ਦਾ ਰੇਟ 4521 ਰੁਪਏ ਰਿਹਾ ਤੇ 1401 4381 ਰੁਪਏ ਤੱਕ ਵਿਕਿਆ ਜੰਡੇਆਲਾ ਗੁਰੂ ਮੰਡੀ ਦੇ ਵਿੱਚ ਅੱਜ 1121 4800 ਰੁਪਏ ਤੱਕ ਕੰਬਾਈਨ ਦੀ ਕਟਾਈ ਵਾਲਾ ਵਿਕਿਆ ਤੇ ਹੱਥ ਛਾੜ ਦੇ ਰੇਟ 5000 ਰੁਪਏ ਤੱਕ ਰਹੇ 17 18 4420 ਰੁਪਏ ਤੋਂ ਲੈ ਕੇ 4710 ਰੁਪਏ ਤੱਕ ਵਿਕਿਆ ਤੇ 1509 ਦਾ ਰੇਟ 3600 ਰੁਪਏ ਰਿਹਾ 18 47 3400 ਰੁਪਏ ਤੱਕ ਵਿਕਿਆ ਗਨੌਰ ਮੰਡੀ ਦੇ ਵਿੱਚ ਅੱਜ 11 21 4721 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4491 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ ਅੱਜ 11 21 ਕੰਬਾਈਨ ਦੀ ਕਟਾਈ ਵਾਲੇ ਦਾ ਟਾਪ ਰੇਟ 4890 ਰੁਪਏ ਰਿਹਾ ਤੇ ਹੱਥ ਝੜ 11 21 5030 ਰੁਪਏ ਤੱਕ ਵਿਕਿਆ 17 18 ਕੰਬਾਈਨ ਦੀ ਕਟਾਈ ਵਾਲਾ 4605 ਰੁਪਏ ਤੱਕ ਵਿਕਿਆ ਤੇ ਹੱਥ ਛਾੜ ਦੇ ਰੇਟ 4780 ਰੁਪਏ ਤੱਕ ਅੱਜ ਬਟਾਲਾ ਮੰਡੀ ਦੇ ਵਿੱਚ ਰਹੇ ਹਰਿਆਣੇ ਦੀ ਸੋਨੀਪੱਤ ਮੰਡੀ ਦੇ ਵਿੱਚ ਅੱਜ 11 21 4641 ਰੁਪਏ ਤੱਕ ਵਿਕਿਆ 17 18 ਦਾ ਰੇਟ 4511 ਰੁਪਏ ਰਿਹਾ 18 85 4501 51 ਰੁਪਏ ਤੱਕ ਵਿਕਿਆ ਪੰਜਾਬ ਦੀ ਜੈਤੋ ਮੰਡੀ ਦੇ ਵਿੱਚ ਅੱਜ 11 21 4600 ਰੁਪਏ ਤੱਕ ਵਿਕਿਆ 17 18 ਦਾ ਰੇਟ 3450 ਰੁਪਏ ਤੋਂ ਲੈ ਕੇ 4200 ਰੁਪਏ ਰਿਹਾ 1509 3300 ਰੁਪਏ ਤੋਂ ਲੈ ਕੇ 3625 ਰੁਪਏ ਤੱਕ ਵਿਕਿਆ 18 47 ਦਾ ਰੇਟ 2800 ਰੁਪਏ ਤੋਂ ਲੈ ਕੇ 3400 ਰੁਪਏ ਤੱਕ ਰਿਹਾ 1401 3500 ਰੁਪਏ ਤੋਂ ਲੈ ਕੇ 4425 ਰੁਪਏ ਤੱਕ ਵਿਕਿਆ ਹਰਿਆਣੇ ਦੀ ਪਿੱਲੂ ਖੇੜਾ ਮੰਡੀ ਦੇ ਵਿੱਚ ਅੱਜ 11 21 46753 ਰੁਪਏ ਤੱਕ ਵਿਕਿਆ 17 18 ਦਾ ਰੇਟ 4500 ਰੁਪਏ ਰਿਹਾ 18 85 4550 ਰੁਪਏ ਤੱਕ ਵਿਕਿਆ ਤੇ 18 86 ਦਾ ਰੇਟ 3951 ਰੁਪਏ ਰਿਹਾ 1401 4462 ਰੁਪਏ ਤੱਕ ਵਿਕਿਆ ਤੇ 30 ਨੰਬਰ ਬਾਸਮਤੀ ਦਾ ਰੇਟ 6100 ਰੁਪਏ ਰਿਹਾ ਪੰਜਾਬ ਦੀ ਸੰਗਰੂਰ ਮੰਡੀ ਦੇ ਵਿੱਚ ਅੱਜ 11 21 4000 ਰੁਪਏ ਤੋਂ ਲੈ ਕੇ 4800 ਰੁਪਏ ਤੱਕ ਵਿਕਿਆ 17 18 ਦਾ ਰੇਟ 3800 ਰੁਪਏ ਤੋਂ ਲੈ ਕੇ 4350 ਰੁਪਏ ਰਿਹਾ 1509 3500 ਰੁਪਏ ਤੋਂ ਲੈ ਕੇ 3850 ਰੁਪਏ ਤੱਕ ਵਿਕਿਆ 18 47 ਦਾ ਰੇਟ 3000 ਰੁਪਏ ਤੋਂ ਲੈ ਕੇ 3660 ਰੁਪਏ ਤੱਕ ਰਿਹਾ 1401 4000 ਰੁਪਏ ਤੋਂ ਲੈ ਕੇ 4700 ਰੁਪਏ ਤੱਕ ਅੱਜ ਸੰਗਰੂਰ ਮੰਡੀ ਦੇ ਵਿੱਚ ਵਿਕਿਆ ਕਲਾਨੌਰ ਮੰਡੀ ਦੇ ਵਿੱਚ ਅੱਜ 11 21 4750 ਰੁਪਏ ਤੋਂ ਲੈ ਕੇ 4900 ਰੁਪਏ ਤੱਕ ਵਿਕਿਆ 17 18 ਦਾ ਰੇਟ 4425 ਰੁਪਏ ਤੋਂ ਲੈ ਕੇ 4600 ਰੁਪਏ ਤੱਕ ਰਿਹਾ 1847 3400 ਰੁਪਏ ਤੱਕ ਵਿਕਿਆ ਤਰਨ ਤਰਨ ਮੰਡੀ ਦੇ ਵਿੱਚ ਅੱਜ 11 21 ਕੰਬਾਈਨ ਦੀ ਕਟਾਈ ਵਾਲਾ 4000 ਰੁਪਏ ਤੋਂ ਲੈ ਕੇ 4938 ਰੁਪਏ ਤੱਕ ਵਿਕਿਆ ਤੇ ਹੱਥ ਛਾੜ ਦੇ ਰੇਟ 4300 ਰੁਪਏ ਤੋਂ ਲੈ ਕੇ 4975 ਰੁਪਏ ਤੱਕ ਰਹੇ 17 18 ਕੰਬਾਈਨ ਦੀ ਕਟਾਈ ਵਾਲਾ 3700 ਰੁਪਏ ਤੋਂ ਲੈ ਕੇ 4505 ਰੁਪਏ ਤੱਕ ਵਿਕਿਆ ਤੇ ਹੱਥ ਛਾੜ ਦਾ ਰੇਟ 4100 ਰੁਪਏ ਤੋਂ ਲੈ ਕੇ 4680 ਰੁਪਏ ਤੱਕ ਰਿਹਾ 1509 3000 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵਿਕਿਆ 18 47 ਦਾ ਰੇਟ 2800 ਰੁਪਏ ਤੋਂ ਲੈ ਕੇ 3412 ਰੁਪਏ ਰਿਹਾ ਪੀਬੀ 7 3500 ਰੁਪਏ ਤੋਂ ਲੈ ਕੇ 4045 ਰੁਪਏ ਤੱਕ ਵਿਕਿਆ ਤੇ 1401 ਦਾ ਰੇਟ 3800 ਰੁਪਏ ਤੋਂ ਲੈ ਕੇ 3777 ਰੁਪਏ ਕੁਆਂਟਲ ਰਿਹਾ ਜਲਾਲਾਬਾਦ ਮੰਡੀ ਦੇ ਵਿੱਚ ਅੱਜ 11 21 4400 ਰੁਪਏ ਤੱਕ ਵਿਕਿਆ ਧੂਰੀ ਮੰਡੀ ਦੇ ਵਿੱਚ ਅੱਜ 11 21 ਦਾ ਰੇਟ 4540 ਰੁਪਏ ਰਿਹਾ ਤੇ 1509 3700 ਰੁਪਏ ਤੱਕ ਵਿਕਿਆ ਬੋਹਾ ਮੰਡੀ ਦੇ ਵਿੱਚ ਅੱਜ 11-21 ਦਾ ਰੇਟ 4470 ਰੁਪਏ ਕੁਆਂਟਲ ਰਿਹਾ। ਹੁਣ ਗੱਲ ਕਰਦੇ ਆ ਨਰਮੇ ਦੇ ਰੇਟਾਂ ਬਾਰੇ। ਅੱਜ ਪੰਜਾਬ ਦੀ ਅਬੋਹਰ ਮੰਡੀ ਦੇ ਵਿੱਚ ਨਰਮਾ 6950 ਰੁਪਏ ਤੱਕ ਵਿਕਿਆ। ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਰੇਟ 7080 ਰੁਪਏ ਰਿਹਾ। ਪੱਟੂ ਮੰਡੀ ਦੇ ਵਿੱਚ ਨਰਮਾ 6790 ਰੁਪਏ ਤੱਕ ਵਿਕਿਆ ਤੇ ਕਪਾਹ ਦਾ ਰੇਟ 4420 ਰੁਪਏ ਰਿਹਾ। ਐਲਨਾਬਾਦ ਮੰਡੀ ਦੇ ਵਿੱਚ ਅੱਜ ਨਰਮਾ 7144 ਰੁਪਏ ਤੱਕ ਵਿਕਿਆ। ਹਨੂਮਾਨਗੜ ਮੰਡੀ ਦੇ ਵਿੱਚ ਨਰਮੇ ਦਾ ਰੇਟ 7000 ਰੁਪਏ ਰਿਹਾ। ਫਤਿਹਬਾਦ ਮੰਡੀ ਦੇ ਵਿੱਚ ਨਰਮਾ 7250 ਰੁਪਏ ਤੱਕ ਵਿਕਿਆ ਕਪਾਹ ਦਾ ਰੇਟ 7200 ਰੁਪਏ ਰਿਹਾ ਸਿਰਸਾ ਮੰਡੀ ਦੇ ਵਿੱਚ ਨਰਮਾ 7281 ਰੁਪਏ ਤੱਕ ਵਿਕਿਆ ਤੇ ਕਪਾਹ ਦਾ ਰੇਟ 7342 ਰੁਪਏ ਰਿਹਾ ਸੰਗਰੀਆ ਮੰਡੀ ਦੇ ਵਿੱਚ ਨਰਮਾ 7200 ਰੁਪਏ ਤੱਕ ਵਿਕਿਆ ਤੇ ਵਿਜੇਨਗਰ ਮੰਡੀ ਦੇ ਵਿੱਚ ਨਰਮੇ ਦਾ ਰੇਟ 6980 ਰੁਪਏ ਰਿਹਾ ਸੋ ਕਿਸਾਨ ਵੀਰੋ ਇਸੀ ਵਕਤ-ਵਕ ਮੰਡੀਆਂ ਦੇ ਵਿੱਚ ਨਰਮਾ ਕਪਾਹ ਤੇ ਬਾਸਮਤੀ ਦੇ ਅੱਜ ਦੇ ਰੇਟ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਫਿਰ ਹਾਜ਼ਰ ਹੋਵਾਂਗੇ ਨਵੇਂ ਰੇਟ ਲੈ ਕੇ ਧੰਨਵਾਦ